ਉੱਠੇ ਬੁਰੀ ਮੱਝ ਆ ਗਈ ਦੁੱਧ ਪਵਾ ਲਿਆ ਜਾ ਨਾ ਨਹੀਂ ਆਉਂਦਾ ਯਾਰ ਅੱਜ ਤਾਂ ਲੱਤ ਚੱਕਦੀ ਹੈ ਕਿਤੇ ਨੀ ਲੱਤ ਚੱਕਦੀ ਪਵਾ ਲਿਆ ਲੀਟਰ ਨਾਲ ਯਾਰ ਲਾਡੀ ਉੱਠ ਯਾਰ ਦੁੱਧ ਹੀ ਪਵਾ ਲਿਆ ਜੱਗ ਮਰੀ ਨੇ ਕੋਈ ਚੱਕ ਕੱਪ ਚਾਹ ਦਾ ਲਿਆ ਬਣਾਵਾ ਤੇਰੇ ਵਾਸਤੇ ਕੌਫਾ ਹੁਣ ਮੈਂ ਮਸਤਾਨੇ ਨੂੰ ਤੇ ਜਿਹੜੀ ਸਪੈਸ਼ਲ ਪਿਆ ਦੇ ਤੂੰ ਉੱਡਣੀ ਉੱਠਣ ਆਣਾ ਸਰੀਰ ਹੀ ਨਹੀਂ ਬਣਨਾ ਯਾਰ ਚੱਲ ਕੋਈ ਨੀ ਕਾਲਜ ਵਾਲੀ ਕੰਟੀਨ ਦੀ ਪੀਵਾਂਗੇ ਚਾਹ ਚੱਲ ਕੇ ਚਲੋ ਫਿਰਨਾ ਉੱਠਣਾ ਹੀ ਪੂਛਣਾ ਚਲੋ ਉੱਠੋ ਕੀ ਬਣਦਾ ਉਹ ਹੋ ਗਏ ਤਿਆਰ ਲੇਟ ਹੋਰ ਹੋ ਗਏ ਮਸਤਾਨੇ ਹੋਰੀ ਗਾਲਾਂ ਕੱਢੀ ਜਾਂਦੇ ਲਾਲਾ ਮਾੜਾ ਮੋਟਾ ਲਾਲਾ ਮੈਂ ਤਾਂ ਕਿਤੇ ਸਾਲ ਨਾ ਲਾਤਾ ਚੱਲ ਪਾ ਉਹ ਪਾਲਾ ਪ੍ਰਧਾਨ ਛੇਤੀ ਬੂਟ ਟਾਈਮ ਹੀ ਬੜਾ ਲਾਈ ਜਾਂਦਾ ਤੂੰ ਤਾਂ ਉਹ ਯਾਰ ਮੈਨੂੰ ਕਹੀ ਨਾ ਆਪ ਤੇ ਦੂਰ ਘੰਟਾ ਲਾਣਾ ਰੇਕਾ ਉਹ ਚੱਲ ਉਹ ਛੱਡ ਜਾਣਗੇ ਯਾਰ ਉਹ ਬੈਠੇ ਹਾਰਨ ਮਾਰੀ ਜਾਂਦੇ ਆ ਮਸਤਾਨਾ ਹੈ ਵੀ ਇਹ ਜਾ ਕੱਲੇ ਜਾੜੂਗਾ ਉਹ ਚੱਲ ਛੇਤੀ ਚੱਲੀਏ ਚੱਲ ਚੱਲ ਮਾਰ ਚੱਲ ਚੱਲ ਦੁਸ਼ਮਣੀ ਚੰਗੇ ਆ ਕੀ ਗੱਲ ਹੋ ਗਈ ਸਾਡੇ ਲੱਡੂ ਕਿਹਦੇ ਭੋਤੀ ਗੱਲ ਯਾਰ ਉਹ ਗੁਰੀ ਹੋਰੇ ਗੁਲਾਮੇ ਚ ਹੱਥ ਪਾ ਗਏ ਯਾਰ ਉਹ ਕੋਈ ਨੀ ਲੱਡੂ ਠੰਡ ਰੱਖ ਉਨੀਆਂ ਦਾ ਇੱਕੀ ਮੋੜਾਂਗੇ ਐਵੇਂ ਦਿਲ ਨੀ ਛੋਟਾ ਕਰੀਦਾ ਚੱਲ ਆਇਆ ਕਲਾਸ ਲਾਉਣ ਚੱਲਦੇ ਆ ਫਿਰ ਆਪਾਂ ਵੀ ਕਾਵਾਂ ਚਿੜੀਆਂ ਦੇ ਝੋਲ ਮੋਲ ਦੇਖ ਆਈਏ ਚੱਲ ਚੱਲੀਏ
ਮੰਗਾ ਕੇ ਯਾਰ ਕੀ ਖਾਣਾ ਪੀਣਾ ਦੇਖ ਲਾ ਯਾਰ ਤੂੰ ਹੀ ਮੈਂ ਤਾਂ ਕਹਿੰਦਾ ਚਾਹ ਹੀ ਮੰਗਾ ਲੈਂਦੇ ਯਾਰ ਚਾਹ ਹੀ ਮੰਗਾ ਲਾ ਤੂੰ ਹੈ ਚਾਹ ਹੀ ਹਾਂ ਬੱਚੀ ਉਹ ਚਾਰ ਕੱਪ ਚਾਹ ਲੈ ਕੇ ਆਈ ਯਾਰ ਹੋਰ ਫਿਰ ਕਾਫਰਾ ਕਦੋਂ ਕਰਨੇ ਵਿਆਹ ਵੂਹ ਤੁਸੀਂ ਭਾਈ ਵਿਆਹ ਤਾਂ ਇੱਕ ਸਾਗ ਹੀ ਕਰਾਂਗਾ 12 ਛੋਰੀਆਂ ਦੀ ਬਰਾਤ ਇੱਕ ਸਾਗ ਜਾਏਗੀ ਅੱਛਾ ਯਾਰ ਚਲੋ ਵਧੀਆ ਗੱਲ ਹੈ ਬਹੁਤ ਵਧੀਆ ਕੰਮ ਕਰ ਰਹੇ ਅੱਜ ਫਿਰ ਕੀ ਪ੍ਰੋਗਰਾਮ ਹੈ ਅੱਜ ਕੁਛ ਨਹੀਂ ਬਣਾ ਲਓ ਆਥਣ ਦਾ ਕੋਈ ਪ੍ਰੋਗਰਾਮ ਜੇ ਬਣਾਉਣਾ ਤਾਂ ਚੱਲ ਕਰਦੇ ਹਾਂ ਫੰਕਸ਼ਨ ਸ਼ਾਮ ਨੂੰ ਫਿਰ ਹੋਰ ਯਾਰ ਕਲਾਸ ਕਲੂਸ ਦਾ ਕੀ ਇਰਾਦਾ ਫਿਰ ਮੇਰੀ ਤਾਂ ਕੋਈ ਨਹੀਂ ਸਲਾਹ ਯਾਰ ਅੱਜ ਕਲਾਸ ਮੈਂ ਮਨ ਮੇਰਾ ਤਾਂ ਆਪ ਹੈ ਨਹੀਂ ਹਰਿਆਣ ਵੀ ਤੇਰਾ ਮਨ ਲੱਗ ਗਿਆ ਇਕੱਠਾ ਹੈ ਮੇਰਾ ਮਨ ਤਾਂ ਫਟੀਨ ਪਰ ਲੱਗ ਗਿਆ ਬਾਈ ਚਾਹ ਚੂ ਸਾਕਾ ਫਿਰ ਤੂੰ ਸਮਾਨ ਫੋਨ ਖਾਵਾਂ ਫਿਰ ਤੂੰ ਬਾਤ ਬਣਾ ਅੱਛਾ ਯਾਰ ਬੜਾ ਤੰਦਰਾ ਬੜਾ ਟਾਈਮ ਲੱਗਦਾ ਚਾਹ ਦੇ ਚਾਹ ਬਣਾਉਣ ਲੱਗ ਗਿਆ ਸੀ ਕਿ ਕੌਫੀ ਰੱਖੀ ਬੈਠਾ ਸੀ ਟਾਈਮ ਤਾਂ ਲੱਗ ਹੀ ਹੋਊਗਾ ਟਾਈਮ ਕੰਮ ਲਗਾਇਆ ਕਰੋ ਭਾਈ ਹਾਂ ਵੀ ਮੁੰਡੇ ਉਹ ਪੀ ਲਓ ਚਾਹ ਭਾਈ ਗਰਮ ਹੈ ਚਾਹ ਤੋਂ ਬਾਈ ਜਾਣ ਗਰਮ ਤੋਂ ਕੱਲ੍ਹ ਫੋਨ ਕਰੀ ਗਿਆ ਬਾਈ ਬੁਰੀ ਮੈਂ ਚੱਕਿਆ ਨਹੀਂ ਤੂੰ ਯਾਰ ਮੈਨੂੰ ਤੇਰੇ ਫੋਨ ਦਾ ਪਤਾ ਤਾਂ ਲੱਗ ਗਿਆ ਸੀ ਮੈਂ ਥੋੜ੍ਹਾ ਬਿਜ਼ੀ ਸੀ ਹੱਥ ਤੇਰਾ ਜ਼ਿਆਦਾ ਨਹੀਂ ਖੁੱਲ ਗਿਆ ਰੇਕ ਦੇ ਗਲਮੇ ਨੂੰ ਪੈਂਦਾ ਹੈ ਕਿਉਂ ਤੁਹਾਡੀ ਭੂਆ ਦਾ ਮੁੰਡਾ ਹੈ ਐਵੇਂ ਬਿਨਾਂ ਗੱਲ ਵਿੱਚ ਉੱਧਰ ਕਰਦੇ ਫਿਰਦੇ ਹੋ ਉਹ ਰਹਿਣ ਦਿਓ ਤੁਸੀਂ ਕੱਲ੍ਹ ਬਿਨਾਂ ਗੱਲੋਂ ਲੱਡੂ ਘੇਰਿਆ ਅਤੇ ਅੱਜ ਇਸ ਰੱਬ ਦੇ ਬੰਦੇ 'ਤੇ ਹੱਥ ਚੱਕ ਕੇ ਤੁਸੀਂ ਹੱਦਾਂ ਹੀ ਪਾਰ ਕਰਤੀਆਂ ਸਾਡੀਆਂ ਹੱਦਾਂ ਹੁਣ ਤੁਸੀਂ ਦੱਸੋਗੇ ਸਾਡੀਆਂ ਕੀ ਹੱਦਾਂ ਸਾਡੀਆਂ ਹੱਦਾਂ ਤੋਂ ਤੁਸੀਂ ਦੂਰ ਹੀ ਰਿਹਾ ਕਰੋ 10 ਫੁੱਟ ਦੂਰ ਦੀ ਹੋ ਕੇ ਟੱਪਿਆ ਕਰੋ ਲੱਗਦਾ ਇਹਨਾਂ ਨਾਲ ਵੀ ਲੱਡੂ ਵਾਲੀ ਕਰਨੀ ਹੀ ਪੈਣੀ ਆ ਆਵੇ ਕਾਕਾ ਬਾਲੀ ਗਰਮੀ ਹੈ ਤੇਰੇ 'ਚ ਹੈਂ ਤੇਰੇ ਅੱਗੇ ਛੱਤੀ ਆਏ ਤਾਂ ਛੱਤੀ ਗਏ ਇੱਥੋਂ ਸਮਝ ਗਿਆ ਨਾ ਥੋੜ੍ਹਾ ਦਿਮਾਗ ਠੰਡ ਰੱਖਿਆ ਕਰ ਠੰਡੀਆਂ ਚੀਜ਼ਾਂ ਖਾਇਆ ਕਰ ਕਮਲਿਆ ਠੰਡੀਆਂ ਤੁਸੀਂ ਨਾ ਬੋਲੋ ਓਏ ਸਾਡਾ ਰੌਲਾ ਇਹਨਾਂ ਦੋਨਾਂ ਨਾਲ ਤੁਹਾਡੇ ਨਾਲ ਨਹੀਂ ਉਹ ਕਿਉਂ ਪੁੱਛਿਆ ਫਿਰਦਾ ਕੀੜੀਏ ਪਤੰਗੀਏ ਪਹਿਲਾਂ ਵਾਲੀਆਂ ਭੁੱਲ ਗਿਆ ਮਾਨ ਨਾਲ ਰਹਿੰਦੇ ਆ ਹੁਣ ਰੌਲਾ ਇਹਨਾਂ ਨਾਲ ਨਹੀਂ ਸਮਝ ਲਾ ਮੇਰੇ ਨਾਲ ਹੀ ਹੈ ਚਲੋ ਚਲੋ ਭਾਈ ਸਾਲਾਣਾ ਫੇਰ ਦੇਖ ਲਾਂਗੇ ਕਵੀ ਉਹ ਦੇਖ ਲਾਂਗੇ ਤੈਨੂੰ ਵੀ ਪਤੰਗਿਆ ਕੋਈ ਬਾਤ ਹੀ ਕੋ ਨਹੀਂ ਉਹ ਦੇਖ ਲਈ ਜਿੱਥੇ ਮਰਜ਼ੀ ਹੋਰ ਬੇ ਲੱਡੂਆ ਕਿਵੇਂ ਠੀਕ ਆ ਹੁਣ ਤੇਰਾ ਮੂਡ ਠੀਕ ਆ ਯਾਰ ਬਾਈ ਮਜ਼ਾ ਸੈੱਟ ਹੋਈ ਉਹ ਕੋਈ ਨਹੀਂ ਹੌਸਲੇ 'ਚ ਰਿਹਾ ਕਰ ਹੈਲੋ ਹਾਂ ਬਾਦਰ ਕਿਉਂ ਕੀ ਗੱਲ ਹੋ ਗਈ ਅੱਛਾ ਯਾਰ ਸਵੇਰੇ ਆਏਗਾ ਫਿਰ ਠੀਕ ਹੈ ਚਲ ਲੈ ਬਈ ਜੱਟੋ ਬੁਰੀ ਖਬਰ ਹੈ ਇੱਕ ਕੀ ਹੋ ਗਿਆ ਬਹਾਦਰ ਦੇ ਗਿਆ ਆਪਣਾ ਜਵਾਬ ਤੇ ਸ਼ਾਮ ਵਾਲੀਆਂ ਰੋਟੀਆਂ ਦਾ ਜੁਗਾੜ ਕਰਨਾ ਪੈਣਾ ਹੈ ਬੁਰੀ ਨਹੀਂ ਇਹਦਾ ਚੰਗੀ ਖਬਰ ਆ ਤੰਦਰਾ ਓਏ ਭੁੱਖੜਾ ਤੂੰ ਖਾਣ ਪੀਣ ਵਾਲੇ ਨਾਂ ਦੇ ਤਾਂ ਉੱਥੇ ਡੇਂਗੀ ਵਿਆਹ ਕਰ ਲਾਣਾ ਸੇਟੀ ਵਿਆਹ ਕਰ ਉਹ ਕੋਈ ਚੱਕਰ ਨਹੀਂ ਮਾਨਾ ਆਰਡਰ ਕਰ ਲਾਂ ਓ ਨਾ ਬਈ ਮਿੱਤਰੋ ਆਪਣੇ ਤੋਂ ਨਹੀਂ ਕਿਸੇ ਦੀ ਝੂਠ ਖਾਈ ਦੀ ਅਗਲੇ ਤੋਂ ਦਾਲ ਮੱਖਣੀ ਮੰਗਾਵਾਂਗੇ ਸੁਣ ਲਓ ਸੁਣ ਲਓ ਮੱਖਣੀ ਅਗਲਾ ਰਾਜ ਖਾ ਜੂਗਾ ਤੇ ਦਾਲ ਕੱਲੀ ਦੇ ਕੇ ਜਾਊਗਾ ਮਸਤਾਨਿਆ ਇਹਨੂੰ ਦਹੀਂ ਦੇਸੀ ਕਿਉਂ ਤਿਆਰ ਕਰਕੇ ਤੇਰੇ ਯਾਰ ਬਈ ਚੰਗਾ ਕਰ ਬਈ ਕਾਰਨ ਦੇ ਦੇਸੀ ਅੱਛਾ ਗਗਨ ਵਾਲਾ ਕੇ ਸਰਸ ਵਾਲਾ ਸਹੀ ਹੈ ਕੋਈ ਨਹੀਂ ਰੋਟੀ ਤਾਂ ਜਾ ਪਰ ਢਾਬੇ ਤੋਂ ਹੀ ਖਾ ਲਾਂਗੇ ਯਾਰ ਇਹ ਢਾਬੇ ਵਾਲੀ ਗੱਲ ਹੈ ਖਵਾ ਤਾਂ ਮੈਂ ਰੋਟੀ ਨਾਲ ਬੋਟੀ ਵੀ ਦੇਵਾਂ ਪਰ ਕੀ ਉਹਦੇ ਤੋਂ ਗੱਲ ਪੂਰੀ ਨਹੀਂ ਹੋਣੀ ਗੱਲ ਦਾ ਰੌਲਾ ਆਈ ਹੈ ਕਰਦਾਂਗੇ ਮੰਨਾ ਕਰਦਾਂਗੇ ਉਹ ਜਿਹੜੀ ਸਾਹਮਣੇ ਕੁੜੀ ਬੈਠੀ ਹੈ ਦੇਖ ਲਈ ਦੇਖ ਲਈ ਹਾਂ ਹਾਂ ਦੇਖ ਲਈ ਉਹਦਾ ਨਾਮ ਤੇ ਡਾਕਖਾਨਾ ਪਤਾ ਕਰ ਗਿਆ ਕਿਹੜਾ ਯਾਰ ਬਾਈ ਦੁਨੀਆ 4G ਤੇ ਪਹੁੰਚ ਗਈ ਤੂੰ ਹਜੇ ਤੇ ਚਿੱਠੀਆਂ ਦੀ ਤੁਰਿਆ ਫਿਰਦਾ ਓ ਲੱਡੂਆ ਜਿਹੜਾ ਲਿਖ ਕੇ ਫੀਲਿੰਗਾਂ ਦਾ ਨਜ਼ਾਰਾ ਹੈ ਨਾ ਉਹ ਤੇਰੇ ਵਾਲਾ ਫੋਨ ਤੇ ਸ਼ੋਨੇ ਬਾਬੂ 'ਚ ਨਹੀਂ ਆਉਂਦਾ ਮਾਣ ਮੈਨੂੰ ਲੱਗਦਾ ਅੱਜ ਕੱਲ ਤੇ ਡਾਕਖਾਨੇ ਇੰਸਟਾਗ੍ਰਾਮ ਦੀ ਗੱਲ ਕਰਦਾ ਹੈ ਆ ਫੜ ਗਿਆ ਗੱਲ ਤੇਰੇ ਨਹੀਂ ਲੱਡੂਆ ਸਮਝ ਆਉਂਦੀਆਂ ਇਹ ਗੱਲਾਂ ਬਾਈ ਆਪਣੇ ਦਾ ਸਿਰ ਉੱਤੋਂ ਨਹੀਂ ਆ ਭਰਾਵਾ ਇਹੋ ਜਿਹੀਆਂ ਸਹੀ ਆ ਬਾਈ ਤੁਸੀਂ ਛੋਟੇ ਨਹੀਂ ਕਰ ਚੱਲ ਆਡੀ ਕੱਦ ਲੈ ਦੀ ਯਾ ਭਰਾਵਾ ਇਹੋ ਜਿਹੀ ਦਲੇਰੀ ਆਪਣੇ ਤਾਂ ਨਹੀਂ ਹੁੰਦੀ ਗੀ ਉਹ ਕਰ ਯਾਰ ਕੱਦ ਡਾਕਖਾਨੇ ਵਾਲੀ ਤੂੰ ਫੜੀ ਆ ਤਾਂ ਦਲੇਰੀ ਵੀ ਤੂੰ ਹੀ ਕਰ ਐ ਕੁਛ ਨਹੀਂ ਭਰਾਵਾ ਆਪਣੇ ਵੀ ਜਾ ਕੇ ਆਪਾਂ ਕਿਸੇ ਨੂੰ ਬਹਿ ਕੇ ਨੰਬਰ ਮੰਗ ਲਈਏ ਮਾਨ ਬਾਈ ਇਹਨੂੰ ਪੰਪ ਮਾਰ ਮਾਈਕ ਵਾਲੇ ਵੱਡੇ ਵੱਡੇ ਫੇਰ ਜਾਊਗਾ ਇਹ ਉਹ ਹੈ ਨਹੀਂ ਇਹਦੇ ਤਿਲਾਂ ਚ ਤੇਲ ਇੱਕ ਤਰਫੀ ਆਸ਼ਕੀ ਵਾਲਾ ਹੈ ਇਹ
ਸਾਰੀਆਂ ਕਹਾਣੀਆਂ ਜਾਣਦਾ ਇਹਦੀਆਂ ਮੈਂ। ਉਹ ਰਹਿੰਦੇ ਰਹਿੰਦੇ ਤੂੰ ਆ ਗਿਆ ਵੱਡਾ ਮਿਰਜ਼ਾ, ਜੇ ਇੰਨੀ ਹਿੰਮਤ ਆ ਤੂੰ ਵਗ ਜਾ ਅਗਲੀ ਕੋਲੇ ਲੱਗ ਗਿਆ ਪਤਾ ਅੱਜ ਲੱਗ ਗਿਆ ਪਤਾ ਕਿਹੜਾ ਜੰਗਾ ਜਾਂਦਾ ਜੋ ਵੇਖ ਲਾ ਚੱਲ ਜਾਏ ਉਹ ਮੈਂ ਤਾਂ ਆਪਣਾ ਖੜੇ ਵੀ ਆਪਾਂ ਤਾਂ ਨਹੀਂ ਜਾ ਸਕਦੇ ਵੇਖ ਲਾ ਨਾ ਨਾ ਇੱਕ ਮਿੰਟ ਜੇ ਇਹ ਇਹ ਲਾਉਣ ਨੂੰ ਪ੍ਰਪੋਜ਼ਲ ਆਇਆ ਬਈ ਫੇਰ ਰੋਟੀ ਦਾ ਬਿੱਲ ਤੂੰ ਭਰੇਂਗਾ ਉਹ ਕੋਈ ਗੱਲ ਨਹੀਂ ਭਰ ਦਿਆਂਗੇ ਪੱਕੀ ਹੈ ਪੱਕੀ ਹੈ ਚੱਲ ਠੀਕ ਆ ਬਾਈ ਹੁਣ ਵੇਖ ਲਾ ਮੈਂ ਤਾਂ ਬੋਟੀ ਖਾਊ ਨਾਲ ਤੈਨੂੰ ਮੈਨਾਂ ਦੱਸ ਦੇਣਾ ਕੋਈ ਨਹੀਂ ਨਾਲ ਤੈਨੂੰ ਬੋਟੀ ਵੀ ਖਵਾ ਦੇਾਂਗੇ ਚੱਲ ਲੱਗ ਜਾਂਦੀ ਹੈ ਦੱਸ ਬਈ ਜਾਂਦਾ ਕਿ ਨਹੀਂ ਮਿੰਟਾਂ ਪੰਜਾਂ ਦੀ ਗੱਲ ਹੈ ਮੇਰੀ ਤਾਂ ਇਹ ਜਾ ਫਿਰ ਦੇਣੇ ਤੂੰ ਦੱਸ ਕਰਿਆ ਲੱਗ ਜੇ ਪਤਾ ਤੂੰ ਦੱਸ ਲੈ ਫਿਰ ਚੱਲ ਉੱਠ ਫਿਰ ਚੱਲ ਫਿਰ ਠੀਕ ਹੈ ਚਲੋ ਚੱਲ ਫਿਰ ਆ ਗੱਲ ਹੈ ਪੰਜ ਚੀ ਚੱਲ ਠੀਕ ਆ ਓਕੇ ਮੇਰੇ ਆ ਕੀ ਕਰਦਾ ਹੈ ਮੈਨੇ ਇਹਨੂੰ ਕੀ ਚੰਗਾ ਕਰਾ ਕੇ ਆਉਂਦਾ ਹੈ ਬੋਦੀਆਂ ਹੀ ਆ ਨਾ ਪਟਾ ਗਿਆ ਜੀ ਐਕਸਕਿਊਜ਼ ਮੀ ਯੈਸ ਮੈਂ ਗੱਲ ਕਰਨੀ ਤੁਹਾਡੇ ਨਾਲ ਕੀ ਬਾਤ ਕਰਨੀ ਹੈ ਆਪਨੇ ਐਕਚੁਅਲੀ ਮੇਰਾ ਫੋਨ ਆਫ ਹੋ ਗਿਆ ਸੀ ਇੱਕ ਕਾਲ ਕਰਨੀ ਸੀ ਮੈਂ ਸੌਰੀ ਕਿਸੇ ਔਰ ਕੇ ਫੋਨ ਸੇ ਨਹੀਂ ਬਾਤ ਕਰ ਸਕਤੇ ਆਪਕਾ ਕੋਈ ਦੋਸਤ ਨਹੀਂ ਹੈ ਯਹਾਂ ਪਰ ਮੇਰੇ ਦੋਸਤ ਕੋ ਹੀ ਢੂੰਡ ਰਹਾ ਹੂੰ ਮੇਰਾ ਫੋਨ ਆਫ ਹੈ ਉਸੀ ਕੋ ਕਾਲ ਕਰਨੀ ਹੈ ਨਾ ਮੈਨੇ ਆਹ ਦੇਖੋ ਪਤੰਗਿਆ ਚਿੱਲ ਜ਼ਿੰਦਗੀ ਵਾਲਾ ਦਾ ਦੂਜਾ ਐਪੀਸੋਡ ਵੀ ਆ ਗਿਆ ਤੂੰ ਕਰ ਲਿਆ ਕਿ ਇਹਨਾਂ ਦਾ ਚੈਨਲ ਸਬਸਕ੍ਰਾਈਬ ਹਾਂ ਕਰ ਲਿਓ ਬਾਈ ਸਿਰਾ ਠੀਕ ਹੈ ਜੇ ਤੋ ਹਾਂ ਬਹੁਤ ਵਧੀਆ ਯਾਰ ਅਰੇ ਬਾਈ ਬਹੁਤ ਦੇਖ ਜੋੜੀ ਬੈਠੀ ਹੈ ਓਏ ਆਹ ਤਾਂ ਅੱਗ ਲਾਉਣ ਵਾਲੀ ਚੀਜ਼ ਹੀ ਮਿਲ ਗਈ ਹੁਣ ਕਟਾਵਾਂਗੇ ਇਹਨਾਂ ਦੀ ਯਾਰ ਸਿੱਧਾ ਫੋਨ ਕੱਢ ਤੇ ਕਰ ਇਹਨਾਂ ਦੀ ਪਿਕਚਰ ਕਲਿੱਕ ਕੇਰਾ ਅਭੀ ਕਰੂੰ ਬਾਈ ਕਰ ਕਰ ਜਲਦੀ ਕਰ ਇਹਨਾਂ ਦੀ ਬਣਾਉਣੇ ਆ ਜੋੜੀ ਦੇਖ ਕਿਵੇਂ ਗੱਲਾਂ ਮਾਰਦਾ ਲੈ ਬਾਈ ਕਰ ਲਈ ਤੂੰ ਸਾਂਭ ਕੇ ਰੱਖੀ ਪਤੰਗਿਆਂ ਨੂੰ ਕੇਰਾ ਜੇ ਤੂੰ ਸਾਂਭ ਲਈ ਬਾਈ ਜੇ ਗੋਨੀ ਆ ਡਿਲੀਟ ਕਰੂੰ ਮੈਂ ਬਸ ਇਹੀ ਪਾਊਗੀ ਪਿੱਟਣੇ ਵਾਲੀ ਚੰਗੀ ਤਰ੍ਹਾਂ ਉਠਾਇਆ ਨੀ ਉਸਨੇ ਲੱਗਦਾ ਬਿਜ਼ੀ ਹੋਗਾ ਚਲੋ ਕੋਈ ਬਾਤ ਨੀ ਥੈਂਕ ਯੂ ਆਹਦਾ ਲੰਗੂ ਮੂੰਹ ਲਮਕਾਈ ਆਉਂਦਾ ਲੱਗਦਾ ਅਗਲੀ ਵਾਰ ਠੰਡਾ ਜਿਹਾ ਕਰਕੇ ਤੋਰਤਾ ਕੀ ਹੋ ਗਿਆ ਜੱਟਾ ਪੁੱਛ ਨਾ ਯਾਰ ਪੋਟੀ ਤੇਰੇ ਕੱਲੀ ਹੋਈ ਹਾਜਮ ਵਾਲੀ ਵੀ ਚਾਹੀਦੀ ਹੈ ਅਰੇ ਭਾਈ ਛੋਰੀ ਹੋਊਗੀ ਵਿਆਹ ਕੀ ਤੋਂ ਗਣੀ ਕਮਾਈ ਹੋ ਗਈ ਹਾਂ ਬਹੁਤ ਹੋ ਗਈ ਪਤੰਗਿਆ ਬਹੁਤ ਹੋ ਗਈ ਕਿਹੜੀ ਲੈਣੀ ਆ ਫਿਰ ਅੱਜ ਅੱਜ ਦੀਆਂ 6-4 ਦਿਨ ਤੋਂ ਅੰਗਰੇਜ਼ੂ ਏਡੀ ਬਣਾਂਗਾ ਭਾਈ ਅੱਛਾ ਆਹ ਗੱਲ ਆ ਚੱਲ ਫਿਰ ਬਣਾਉਣੇ ਆ ਤੈਨੂੰ ਕਿਹੜਾ ਕਿਹੜਾ ਬ੍ਰਾਂਡ ਆ ਬਾਈ ਤੇਰੇ ਕੋਲੇ ਸਾਰੇ ਬ੍ਰਾਂਡ ਪਏ ਆ ਬਾਈ ਅਰੇ ਬਾਈ ਜੋ ਚੂੰਡ ਮੈਂ ਗੋਨੀ ਪੜੀ ਕੇ ਭੋ ਜਿਸ ਕੇ ਉੱਪਰ 100 ਮੰਡੋ ਆ ਲੈ ਬਈ ਪਤੰਗਿਆ ਅੱਜ ਤਾਂ ਸਵਾਦ ਆ ਗਿਆ ਫਿਰ ਹੋਰ ਭਾਈ ਅੱਜ ਤੋਂ ਨਿਆਰੋ ਆ ਗਏ ਮੇਰੇ ਤੋਂ ਮੋਟੋ ਸੰਤਰੋ ਪੀ ਪੀ ਕੇ ਮੈਂ ਆਪ ਸੰਤਰੀ ਹੋ ਗਏ ਇਹ ਤਾਂ ਗੱਲ ਹੈਗੀ ਆ ਫਿਰ ਅੱਜ ਤਾਂ ਨਹੀਂ ਕੋਈ ਦਿੱਕਤ ਵਾਲੀ ਗੱਲ ਨਾ ਨਾ ਕਾਫਰ ਬਈ ਅੱਜ ਤੋਂ ਪੂਰਾ ਕੰਮ ਅੰਗਰੇਜੂਏਟ ਆ ਪਾਲਾ ਫਿਰ ਪਤੰਗਿਆ ਦੂਜਾ ਵੀ ਨਾ ਬਾਈ ਰੁੱਕ ਥੋੜ੍ਹਾ ਟਾਈਮ ਲਗਾ ਲਾਂਗੇ ਹੋਰ ਕਾਫਰਾ ਤੁਸੀਂ ਇੱਥੇ ਕਿਵੇਂ ਬਸ ਬਈ ਕਰੀ ਜਾਂਦੇ ਇੰਜੋਏ ਬਹਿ ਜਾਓ ਬਾਈ ਲਾਉਣੇ ਕੋਈ ਗੱਲ ਨੀ ਤੁਸੀਂ ਤਾਂ ਲਾਓ ਪਹਿਲਾਂ
ਹਾਂ ਅਸੀਂ ਤਾਂ ਇੱਕ ਲਾਟ ਯਾਰ, ਦੂਜੇ ਦੀ ਤਿਆਰੀ ਆ ਜਾਓ ਤੁਸੀਂ ਵੀ ਲਾ ਲਾ ਲੈਂਦੇ ਫਿਰ ਪੈਗ ਦੀ ਗੱਲ ਪਾ ਲਓ ਫਿਰ। ਅੱਜ ਫਿਰ ਕਿਹੜੀ ਖੁਸ਼ੀ 'ਚ ਮਹਿਫਲ ਲਾ ਰੱਖੀ ਹੈ ਤੁਸੀਂ ਪਤੰਗਿਆ? ਅੱਜ ਬਾਈ ਯਾਰ ਗਰੀਬ ਸਹੁਰਿਓ ਕੀ ਸ਼ਾਦੀ ਗਈ ਆ, ਆਜ ਕਰਦੀ ਸ਼ਾਦੀ ਹੈ ਇੱਕ ਸਾਗਾ 12 ਸਹੁਰਿਓ ਕੀ। ਅੱਛਾ ਯਾਰ ਕਰਦੀ ਫਿਰ? ਹਾਂ ਆਜ ਕਰਦੀ ਪੂਰੀ। ਬਾਓ ਕਾਫਰਾ ਜਿਹੜਾ ਡੱਬਾ ਹੈ ਚੱਕੀ ਫਿਰਦੇ ਜੋ, ਆਹ ਡੱਬਾ ਆਇਆ ਫਿਰ ਹੈਂ। ਹੋਰ ਬਾਈ ਬੜਾ ਫਿਰ ਤੁਸੀਂ ਤਾਂ ਪੁੰਨ ਦਾਨ ਦਾ ਕੰਮ ਕਰਦੇ ਹੋ ਯਾਰ ਹੈਂ। ਚੱਲ ਫਿਰ ਅਸੀਂ ਵੀ ਪਾ ਲੈਂਦੇ ਹਿੱਸਾ ਕੁੜੀਆਂ ਦੇ ਵਿਆਹ 'ਚ। ਹੋਰ ਬਾਈ ਉਠਾਓ ਉਠਾਓ ਬਾਈ ਪੈਗ, ਇਤਨਾ ਸਬਰ ਕੋਈ ਹੈ ਬਾਪੇ ਯਾਰ। ਉਹ ਚੱਕੋ ਯਾਰ। ਹੋਰ ਫਿਰ ਕਾਫਰਾ ਕਿੰਨੇ ਕੁ ਵਿਆਹ ਕਰਤੇ ਕੁੜੀਆਂ ਦੇ ਫਿਰ? ਕਰ ਹੀ ਦੇਈਦੇ ਆ ਬਾਈ, 6 ਮਹੀਨੇ ਤੋਂ ਜਦੋਂ ਤੰਗੀ ਤੁੰਗੀ ਆਉਂਦੀ ਦੇਖੇ। ਅੱਛਾ ਟਾਈਮ ਟੂ ਟਾਈਮ? ਹੋਰ ਟਾਈਮ ਟੂ ਟਾਈਮ ਕਰ ਹੀ ਦੇਈਦੇ ਆ। ਅਰੇ ਬਾਈ ਤੈਨੂੰ ਇੱਕ ਬਾਤ ਕਹੂੰ ਕਿ ਗੁੱਸਾ ਦਾ ਮਾਣ ਕੋਣ ਨਹੀਂ ਜਾਣਾ? ਉਹ ਪਤੰਗਿਆ ਭਰਾਵਾਂ ਦਾ ਕਿਹੜਾ ਗੁੱਸਾ ਹੁੰਦਾ ਯਾਰ, ਤੂੰ ਦੱਸ ਕਿਹੜੀ ਗੱਲ ਹੈ ਯਾਰ ਤੇਰੇ ਮਨ 'ਚ? ਬਾਈ ਲੱਡੂ ਜਿਹਾ ਭੋਰਿਆ ਨਹੀਂ ਗਿਆ ਉਹਦੇ ਤੁਹਾਡੇ ਤੋਂ, ਬਣੀ ਨਹੀਂ ਗੱਲ, ਬਣਾਉਣਾ ਸੀ ਚੰਗੀ ਤਰ੍ਹਾਂ ਮੋਰ ਉਹਦਾ ਤਾਂ। ਓਏ ਉਹਨੂੰ ਬਣਾ ਤਾਂ ਦਿੰਦੇ ਸਾਲੇ ਨੂੰ ਮੋਰ, ਉਹ ਵਿੱਚ ਸਕਿਉਰਿਟੀ ਵਾਲਾ ਆ ਗਿਆ। ਉਹ ਬਿੰਗੇ ਦੇ ਕੰਨਾਂ ਵਾਲੇ ਦੇ ਤਾਂ ਮੈਂ ਕਰੂੰ ਕੰਨ ਸਿੱਧੇ ਕਿਸੇ ਦਿਨ। ਉਹ ਕਾਫਰਾ ਬਿੰਗੇ ਦੇ ਕੰਨਾਂ ਵਾਲਾ ਕਿਹੜਾ ਹੈਗਾ ਨਾ ਯਾਰ, ਭੂਰਾ ਜਿਹਾ ਬਣਿਆ ਫਿਰਦਾ ਵੱਡਾ ਚਰਨ ਲਿਖਾਰੀ, ਉਹ ਜਿਹੜਾ ਤੋਕੜ ਜਿਹਾ ਨਾ ਟਿੱਡੀ ਮੁੱਛਾ ਜਿਹਾ, ਉਹਦੀ ਟਿੱਬਰੀ ਤਾਂ ਮੈਂ ਟੈਟ ਕਰੂੰ। ਠੀਕ ਹੈ ਅਰੇ ਭਾਈ ਲਗਾਓ ਯਾਰ ਪਿੱਗ ਪੁੱਗ, ਇਤਨਾ ਇੰਤਜ਼ਾਰ ਨਹੀਂ ਉੱਤੇ ਲਾਉਣੇ ਆ ਲਾਉਣੇ ਆ ਪਤੰਗਿਆ। ਬਾਈ ਗੱਲ ਤਾਂ ਗੁਰੇ ਇੱਕ ਹੋਰ ਵੀ ਆ, ਤੂੰ ਯਕੀਨ ਨਹੀਂ ਮੰਨਣਾ। ਓਏ ਦੱਸ ਤੂੰ ਕਾਫਰਾ, ਗੱਲ ਤਾਂ ਦੱਸ ਕੀ ਹੈ? ਦੱਸ ਫਿਰ ਪਤੰਗਿਆ। ਅਰੇ ਬਾਈ ਤੇਰੀ ਫਰੈਂਡ ਨਾ ਅੱਜ ਟਿੱਡੀ ਮੁੱਛਾ ਸਾਗਾ ਬੈਠੀ। ਅੱਛਾ ਯਾਰ ਪਤੰਗਿਆ ਤੂੰ ਐਵੇਂ ਡੱਕਿਆ ਪਕਾਈ ਨਾ ਮਾਰੀ ਆ ਯਾਰ। ਨਾ ਯਾਰ ਕਿਹਾ ਸੀ ਬਾਈ ਤੁਸੀਂ ਯਕੀਨ ਨਹੀਂ ਮੰਨਣਾ, ਦਿਖਾ ਓਏ ਪਤੰਗਿਆ ਫੋਟੋ ਇਹਨਾਂ ਨੂੰ ਹੈ ਮੇਰੇ ਕੋਲ ਫੋਟੋ। ਜਿਹੜੇ ਬੰਦਿਆਂ ਨਾਲ ਰਹਿੰਦੇ ਉਹ ਬੰਦੇ ਠੀਕ ਨੀ। ਓਏ ਬੰਦੇ ਸਾਲਿਆਂ ਨੂੰ ਸਾਰਿਆਂ ਨੂੰ ਵਿੱਚੋਂ ਲਪੇਟ ਲਾਂਗੇ। ਨਾ ਨਾ ਬਈ ਟਾਈਮ ਮੈਂ ਦੱਸੂੰ, ਜਗ੍ਹਾ ਦੱਸੂ ਮੈਂ ਤੁਹਾਨੂੰ, ਤੇ ਕੰਮ ਤੁਸੀਂ ਕਰਨਾ, ਪਰ ਕੰਮ ਕੱਚਾ ਜਾਣਾ ਕਰਿਓ, ਮੇਰੇ ਸਾਲੇ ਪੈਰਾਂ 'ਤੇ ਨਾ ਜਾਣ ਤੁਰ ਕੇ ਘਰੇ। ਓਏ ਐਂਬੂਲੈਂਸ 'ਤੇ ਹੀ ਜਾਣਗੇ, ਪੈਰਾਂ 'ਤੇ ਜਾਣ ਜੋਗੇ ਛੱਡਦੇ ਨਹੀਂ ਅਸੀਂ। ਚੱਲ ਓਏ ਮੇਰੇ ਸਾਲਿਆਂ ਨੇ ਬਾਂਦਰਾਂ ਨੇ ਮੂਡ ਹੀ ਖਰਾਬ ਕਰ। ਅਰੇ ਬਾਈ ਹਮਨੇ ਤੋ ਆਪਣੇ ਵਾਲਾ ਕੰਮ ਕਰ ਦਿਓ, ਪਰ ਮੈਨੂੰ ਦਾਰੂ ਕੋਨੀ ਜੱਚੀ। ਕੀ ਗੱਲ, ਕੀ ਹੋ ਗਿਆ ਜਚਨ ਨੂੰ? ਅਰੇ ਬਾਈ ਮੈਨੂੰ ਤਾਂ ਕੀ ਹੀ ਕੋਨੀ, ਮੈਨੇ ਤਾਂ ਸੰਤਰੋ ਕਾ ਪਊਗਾ ਦਵਾ। ਓ ਜਾ ਓਏ ਤੂੰ ਨਾ ਛੱਡੀ ਆਪਦੇ ਵਾਲੀ, ਚੱਲ ਚੱਲੀਏ ਦਵਾਵਾਂ ਤੈਨੂੰ।